ਆ ਚੈੱਕ ਕਰੋ ਗਾਈਸ, ਆਪਾਂ ਇੱਥੇ ਰੀਲ ਬਣਾ ਰਹੇ ਸੀ ਤੇ ਆ ਚੈੱਕ ਕਰੋ ਹੈਂਡਲ ਦਾ ਕੀ ਹਾਲ ਹੋ ਗਿਆ, ਰੇ ਸਾਡਾ ਪਾਸਾ। ਤਾਂ ਆਹ ਦੇਖੋ ਗਾਈਜ਼, ਆਪਾਂ ਚਾਰ ਨਿਓਨਾਂ ਦੇ ਟਾਂਕੇ ਲਾ ਚੁੱਕੇ ਆ ਬਿਲਕੁਲ ਵਧੀਆ ਤਰੀਕੇ ਨਾਲ। ਆਹ ਚੈੱਕ ਕਰੋ, ਸਾਹਮਣੇ ਬਿਲਕੁਲ ਵੀ ਖਰਾਬ ਨਹੀਂ ਦਿਖੂਗਾ। ਆਹ ਚੈੱਕ ਕਰੋ, ਹੈਲੋ ਗਾਈਜ਼, ਫੁੱਲ ਸਫਾਈ ਨਾਲ ਆਪਾਂ ਆਹ ਹੋਰਨ 'ਤੇ ਨਿਓਨ ਲਾ ਤੀ ਆ। ਆਹ ਦੇਖੋ ਬਿਲਕੁਲ ਪਤਾ ਹੀ ਨਹੀਂ ਲੱਗ ਰਿਹਾ ਕਿਸੇ ਨੂੰ ਵੀ, ਬਿਲਕੁਲ ਸਫਾਈ ਨਾਲ ਲਾਈ ਆ। ਅਤੇ ਯਾਰ ਕਮੈਂਟ ਜ਼ਰੂਰ ਕਰਿਓ ਕਿ ਆਪਾਂ ਆਹ ਹੈੱਡਲਾਈਟ ਦਾ ਕੀ ਕਰੀਏ, ਇਹਦੇ ਵਿੱਚੋਂ ਆਹ ਮੂਸੇਵਾਲ ਦੀ ਫੋਟੋ ਚੇਂਜ ਕਰੀਏ ਜਾਂ ਡੀ ਆਰ ਐਲ ਦਾ ਕਲਰ ਬਦਲੀਏ ਕੋਈ। ਲੋਕੀ ਤਾਂ ਲਾਉਂਦੇ ਆ ਸਿੰਗਲ ਰਿਲੇ ਹੋਰਨਾਂ ਵਾਸਤੇ, ਆਪਾਂ ਲਾਵਾਂਗੇ ਡਬਲ ਰਿਲੇ। ਤਾਂ ਇੱਕ ਰਿਲੇ ਤਾਂ ਮੇਰੇ ਕੋਲ ਆਲਰੇਡੀ ਪਹਿਲਾਂ ਪਈ ਸੀ ਅਤੇ ਹੁਣ ਮੈਂ ਇੱਕ ਰਿਲੇ ਹੋਰ ਲੈ ਕੇ ਆਇਆ। ਆਹ ਦੇਖੋ। ਹਾਂਜੀ ਗਾਇਸ, ਕਿਵੇਂ ਹੋ ਸਾਰੇ, ਹੋਪ ਸਾਰੇ ਘੈਂਟ ਹੋਵੋਗੇ। ਵੈਲਕਮ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਦੇਵਰਾਜ ਵਲੋਗਸ 'ਤੇ। ਅਤੇ ਅੱਜ ਦੇ ਵਲੋਗ 'ਚ ਜਿਹੜਾ ਅਮਨ ਵਾਲਾ ਸਪਲੈਂਡਰ ਆ ਉਹਦਾ ਥੋੜ੍ਹਾ ਜਿਹਾ ਕਰਨਾ ਸੀਗਾ ਕੰਮ, ਅਤੇ ਉਹਦੇ ਮਤਲਬ ਸਰਵਿਸ ਵਗੈਰਾ ਕਰਾਉਣੀ ਸੀ, ਰੂਟਸ ਹੋਰਨ ਵਗੈਰਾ ਇੰਸਟਾਲ ਕਰਨੇ ਸੀਗੇ ਉਹਨੇ, ਅਤੇ ਤਾਂ ਕਰਕੇ ਮੈਂ ਵੀ ਜਾਣਾ ਸੀਗਾ ਵਲੋਗ ਬਣਾਉਣ, ਬਟ ਅੱਜ ਮੈਂ ਥੋੜ੍ਹਾ ਜਿਹਾ ਸੀਗਾ ਬਿਜ਼ੀ, ਅਤੇ ਤਾਂ ਕਰਕੇ ਉਹ ਇਹ ਜਿਹੜਾ ਵਲੋਗ ਹੈ ਨਾ ਇਹ ਸਾਰਾ ਅਮਨ ਨੇ ਸ਼ੂਟ ਕੀਤਾ ਆ, ਅੱਗੇ ਤੁਹਾਨੂੰ ਸਾਰਾ ਵਲੋਗ ਦੇਖਣ ਨੂੰ ਮਿਲੂਗਾ। ਅਤੇ ਉਹਨੇ ਫਸਟ ਟਾਈਮ ਵਲੋਗ ਵੀ ਸ਼ੂਟ ਕੀਤਾ ਆ, ਅਤੇ ਇੱਕ ਵਾਰੀ ਕਮੈਂਟ ਕਰਕੇ ਐਂ ਵੀ ਦੱਸਿਓ ਵਲੋਗ ਕਿਵੇਂ ਆ। ਅਤੇ ਅੱਗੇ ਹੁਣ ਵਲੋਗ ਇੰਜੋਏ ਕਰੋ, ਅਤੇ ਆਪਾਂ ਮਿਲਾਂਗੇ ਹੁਣ ਐਂਡ 'ਚ। ਅਤੇ ਵਲੋਗ ਘੈਂਟ ਆ, ਅਤੇ ਚਲੋ ਵਲੋਗ ਇੰਜੋਏ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਅਤੇ ਕਰੋ ਇੰਜੋਏ। ਹੈਲੋ ਗਾਈਸ, ਵੈਲਕਮ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੋਗ 'ਚ। ਨਹੀਂ ਨਹੀਂ, ਤੁਸੀਂ ਗਲਤ ਵੀਡੀਓ ਕਲਿੱਕ ਨਹੀਂ ਕੀਤੀ, ਵੀਡੀਓ ਸਹੀ ਆ। ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਆਹ ਚੈਨਲ 'ਤੇ ਕੀ ਕਰ ਰਿਹਾ, ਪਤਾ ਕੀ ਗੱਲ ਆ, ਅੱਜ ਦਿਵਰਾਜ ਸੀਗਾ ਬਿਜ਼ੀ ਅਤੇ ਆਪਾਂ ਕੰਮ ਕਰਾਉਣਾ ਸੀ ਜ਼ਰੂਰੀ, ਦਾ ਸਪਰੈਂਟਰ ਦਾ ਜ਼ਰੂਰੀ ਕੰਮ ਕਰਾਉਣਾ ਸੀ ਕੁਛ। ਤੁਹਾਨੂੰ ਮੈਂ ਦਿਖਾ ਦਿੰਦਾ ਬੈਕ ਕੈਮਰਾ ਕਰਕੇ। ਆਹ ਦੇਖੋ ਬਾਈਕ ਪਈ ਆ ਪੂਰੀ ਗੰਦੀ, ਅਤੇ ਆਪਣੀ ਬਾਈਕ ਦਾ ਇੰਜਨ ਆਇਲ ਹੋ ਗਿਆ ਪੂਰਾ ਪਤਲਾ, ਆਹ ਦੇਖੋ ਬਾਹਰ ਆ ਗਿਆ ਸਾਰਾ ਨਿਕਲ ਕੇ। ਤਾਂ ਬਸ ਆਪਾਂ ਇਹ ਅੱਜ ਇਹਦੀ ਪਹਿਲਾਂ ਸਰਵਿਸ ਕਰਾਉਣ ਜਾ ਰਹੇ ਹਾਂ, ਅਤੇ ਅੱਜ ਵਾਸ਼ ਵੂਸ਼ ਵੀ ਕਰਾਵਾਂਗੇ, ਅਤੇ ਆਪਾਂ ਅੱਜ ਚਾਰ ਹੋਰਨ ਲਾਉਣੇ ਆ ਅੰਦਰ ਨੂੰ ਬੈਂਡ ਕਰਕੇ, ਅੰਦਰ ਅੰਦਰ ਨੂੰ ਇਸ ਸਾਈਡ ਵੀ ਅਤੇ ਦੂਸਰੀ ਸਾਈਡ ਵੀ, ਅਤੇ ਉਹਨਾਂ ਦੇ ਪਾਸੇ ਲਾਵਾਂਗੇ ਨਿਓਨ। ਹੁਣ ਬਸ ਤੁਸੀਂ ਵਲੋਗ 'ਚ ਬਣੇ ਰਹੋ, ਅਤੇ ਬਹੁਤ ਘੈਂਟ ਖਤਰਨਾਕ ਵਲੋਗ ਹੋਣ ਵਾਲਾ ਇਹ। ਤੋਂ ਮਿਲਦੇ ਹਾਂ ਫਿਰ ਤੁਹਾਨੂੰ ਉੱਥੇ ਸਰਵਿਸ ਵਾਲੇ ਸੈਂਟਰ 'ਤੇ ਪਹੁੰਚ ਕੇ। ਚੱਕੂ ਗਾਈ ਤਾਂ ਆਪਣਾ ਆੜੀ ਆ ਗਿਆ ਵਿੱਕੀ, ਹੋਰ ਆੜੀ ਕੀ ਹਾਲ ਆ। ਆਹ ਸਪਲੈਂਡਰ ਆਪਣੇ ਖੜਾ। ਆਹ ਦੇਖੋ ਗਾਈਜ਼, ਟਾਇਰ ਪਵਾਇਆ ਆਪਣਾ ਜੈਪਰ ਕਿਊ, ਇਹ ਹੋਊਗਾ 110 ਨੰਬਰ, 110 ਨੰਬਰ ਟਾਇਰ ਆ। ਅਤੇ ਆ ਦਿਨ ਇਹਦਾ ਵਿੱਕੀ ਦਾ ਬਾਈਕ ਆ ਇਹ, ਅਤੇ ਆਹ ਖੜਾ ਆਪਣੇ ਵਾਲਾ ਸਭ ਤੋਂ। ਇੱਥੇ ਇੰਜਨ ਆਇਲ ਲੈਣ ਆਏ ਸੀ ਆਪਾਂ, ਪਛਾਣ ਲਓ ਦੁਕਾਨ, ਆਪਾਂ ਹਮੇਸ਼ਾ ਇੱਥੋਂ ਹੀ ਲੈਂਦੇ ਹਾਂ ਸਮਾਨ ਜਿਹੜਾ ਵੀ ਲੈਂਦੇ ਹਾਂ। ਚੱਲ ਦਿਖਾ ਫਿਰ, ਬਲਾਕ ਬਲਾਕ ਬਲਾਕ, ਚੱਲ ਇੰਜਨ ਵਾਲੇ ਦਿਖਾ ਯਾਰ ਕਿਹੜੇ ਕਿਹੜੇ ਹੈਗੇ ਆ। ਪ੍ਰਾਈਡ ਗਲਫ ਦਾ ਪ੍ਰਾਈਡ ਆ। ਚਲੋ ਆਪਾਂ ਦੇਖਦੇ ਫਿਰ ਕਿਹੜਾ ਲੈਣਾ, ਮਿਲਦੇ ਹਾਂ ਤੁਹਾਨੂੰ ਸਿੱਧਾ ਫਿਰ ਮਿਸਤਰੀ ਦੁਕਾਨ 'ਤੇ ਪਹੁੰਚ ਕੇ। ਤਾਂ ਦੇਖੋ ਬਾਈ, ਆਪਾਂ ਮੋਬਾਈਲ 'ਤੇ ਲੈ ਕੇ ਆਏ ਸੀਗੇ ਇੰਜਨ ਆਇਲ, ਮੋਬਾਈਲ ਮੋਬਿਲ ਆਲਾ ਉਸਤਾਦ, ਮੋਬਾਈਲ ਮੋਬਿਲ ਕਿੰਨਾ ਅਜੀਬ ਜਿਹਾ ਨੇਮ ਹੈਗਾ ਇੰਜਨ ਆਇਲ ਦਾ। ਆਹ ਦੇਖੋ ਗਾਈਜ਼, ਆਪਾਂ ਹੁਣ ਘਰ ਆ ਗਏ ਸੀ ਸਰਵਿਸ ਸੁਰਵਿਸ ਕਰਾ ਕੇ ਬਾਈਕ ਦੀ, ਬਾਈਕ ਖੜਾਈ ਹੋਈ ਆ ਬਾਹਰ ਹਲੇ ਧੁੱਪ 'ਚ। ਅਤੇ ਆਹ ਆਪਾਂ ਨਿਓਨ ਕਟਿੰਗ ਕਰ ਲਈ ਸੀਗੀ ਇੱਕ ਹੋਰਨ ਦੀ, ਅਤੇ ਆਪਾਂ ਹੋਰਨ ਸਾਈਡ ਤੋਂ ਵਾਈਟ ਟੇਪ ਲਾ ਕੇ ਕਵਰ ਕਰਤੇ, ਕਿਉਂਕਿ ਆਪਾਂ ਇਹਦੇ 'ਤੇ ਫੈਵੀਕਵਿਕ ਲਾਵਾਂਗੇ, ਅਤੇ ਜਦੋਂ ਨਿਓਨ ਉਤਾਰਦੇ ਹਾਂ ਤਾਂ ਨਾਲ ਨਾ ਕਰੋਮ ਵੀ ਉੱਤਰ ਜਾਂਦੀ ਆ, ਮਤਲਬ ਖਰਾਬ ਹੋ ਜਾਂਦੇ ਹੋਰਨ। ਤਾਂ ਆਪਾਂ ਦੇਖ ਸਾਰੇ ਹੋਰਨਿਆਂ 'ਤੇ ਆਹ ਟੇਪ ਲਾ ਤੀ ਉੱਤੀ ਆ ਚਿੱਟੀ, ਅਤੇ ਬਸ ਹੁਣ ਆਹ ਔਰੇਂਜ ਨਿਓਨ ਤਾਂ ਲਾਉਣੀ ਨਹੀਂ, ਆਪਾਂ ਸਕਾਈ ਬਲੂ ਹੀ ਲਾਉਣੀ ਆ, ਸਕਾਈ ਬਲੂ ਹੀ ਜ਼ਿਆਦਾ ਘੈਂਟ ਲੱਗੂਗੀ। ਇੱਕ ਦੀ ਕਟਿੰਗ ਕਰ ਲਈ,
ਅਤੇ ਇੱਥੋਂ ਆਪਾਂ ਆਹ ਵੀ ਕਟਿੰਗ ਕਰ ਲਈ ਹੈ, ਬਸ ਟਾਂਕੇ ਲਾਉਣ ਦੀ ਤਿਆਰੀ ਕਰ ਰਹੇ ਹਾਂ ਥੋੜ੍ਹੀ ਦੇਰ 'ਚ। ਪਹਿਲਾਂ ਕਟਿੰਗ ਕਰ ਲਈਏ ਸਾਰੀ, ਫਿਰ ਮਿਲਦੇ ਹਾਂ ਤੁਹਾਨੂੰ। ਚਾਰ ਕਟਿੰਗ ਕਰਨ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਅਤੇ ਟਾਂਕੇ ਦਿਖਾਉਂਦੇ ਹਾਂ ਕਿਵੇਂ ਲੈਣੇ ਆ। ਤਾਂ ਦੇਖੋ ਗਾਈਜ਼, ਆਪਾਂ ਚਾਰ ਨਿਓਨਾਂ ਦੇ ਟਾਂਕੇ ਲਾ ਚੁੱਕੇ ਆ ਬਿਲਕੁਲ ਵਧੀਆ ਤਰੀਕੇ ਨਾਲ। ਆਹ ਚੈੱਕ ਕਰੋ, ਸਾਹਮਣੇ ਬਿਲਕੁਲ ਵੀ ਖਰਾਬ ਨਹੀਂ ਦਿਖੂਗਾ। ਆਹ ਚੈੱਕ ਕਰੋ, ਹੁਣ ਬਿਲਕੁਲ ਪਰਫੈਕਟ ਵਾਇਰਿੰਗ ਹੋਈ ਆ। ਅਤੇ ਮੈਂ ਦੱਸੂਗਾ ਤੁਹਾਨੂੰ ਕਿਸੇ ਹੋਰ ਵਲੋਗ 'ਚ ਕਿ ਆਪਾਂ ਵਾਇਰਿੰਗ ਇੱਦਾਂ ਕੀਤੀ ਕਿਵੇਂ ਆ। ਅਤੇ ਆਪਾਂ ਬਲੈਕ ਸਪਰੇਅ ਲੈ ਕੇ ਆਏ ਸੀਗੇ ਜਾ ਕੇ, ਜਿੱਥੋਂ ਆਪਾਂ ਸਰਵਿਸ ਕਰਵਾਈ ਸੀਗੀ, ਜਿਹੜੀ ਦੁਕਾਨ ਤੋਂ ਇੰਜਨ ਹੋਇਆ ਲਿੱਤਾ ਸੀ, ਅਤੇ ਉੱਥੋਂ ਲੈ ਕੇ ਆਏ ਸੀ। ਆਪਣੇ ਅਲੋਏ ਦਾ ਨਾ ਥੋੜ੍ਹਾ ਥੋੜ੍ਹਾ ਕਲਰ ਉੱਤਰ ਰਿਹਾ ਗਾ, ਆਹ ਵਾਲਾ। ਆਹ ਚੈੱਕ ਕਰੋ, ਅਤੇ ਆਪਾਂ ਸਾਫ਼ ਕਰਨਾ ਗਾ ਚੰਗੇ ਤਰੀਕੇ ਨਾਲ, ਕਰਨੀ ਹੈ ਸਫਾਈ। ਅਤੇ ਯਾਰ ਕਮੈਂਟ ਜ਼ਰੂਰ ਕਰਿਓ ਕਿ ਆਪਾਂ ਆਹ ਹੈੱਡਲਾਈਟ ਦਾ ਕੀ ਕਰੀਏ, ਇਹਦੇ ਵਿੱਚੋਂ ਆਹ ਮੂਸੇ ਵਾਲੀ ਦੀ ਫੋਟੋ ਚੇਂਜ ਕਰੀਏ, ਜਾਂ ਡੀ ਆਰ ਐਲ ਦਾ ਕਲਰ ਬਦਲੀਏ ਕੋਈ, ਜਾਂ ਫਿਰ ਇਹਨੂੰ ਮਾਈਨਸ ਵਾਲੀ ਲਾਈਟ ਬਣਾਈਏ। ਹੁਣ ਤੁਹਾਨੂੰ ਪਤਾ ਹੀ ਹੈ ਵਿੱਚ AK-47 ਘੁੰਮਦੀ ਆ, ਅਤੇ ਆਹ ਮੂਸੇ ਵਾਲਾ ਕਾਫੀ ਟਾਈਮ ਹੋ ਗਿਆ ਲੱਗਿਆ ਹੋਇਆ ਇਹਦੀ ਥਾਂ 'ਤੇ। ਦੇਖਦੇ ਹਾਂ ਆਪਾਂ ਕੁਛ ਹੋਰ ਲਾਉਂਦੇ ਹਾਂ, ਜਿਵੇਂ ਤੁਸੀਂ ਕਮੈਂਟ ਕਰੋਗੇ ਆਪਾਂ ਉਵੇਂ ਕਰ ਦਾਂਗੇ। ਅਤੇ ਹੁਣ ਬਸ ਸ਼ੁਰੂ ਕਰੀਏ ਆਪਾਂ ਨਿਓਨ ਨਾਲ ਲੈਣੀ ਹੋਰਨਾਂ 'ਤੇ, ਅਤੇ ਫਿਰ ਬਾਅਦ 'ਚ ਇਹ ਫਿੱਟ ਵੀ ਕਰਨੇ ਆ, ਅਤੇ ਫੈਵੀਕੋਕਾਂ ਲਿਆਉਂਦੀ ਸੀਗੀਆਂ, ਅਤੇ ਬਾਕੀ ਦੇਖਦੇ ਹਾਂ। ਅਤੇ ਯਾਰ ਕਮੈਂਟ ਕਰਕੇ ਆਹ ਵੀ ਦੱਸਿਓ ਕਿ ਵੀ ਆਹ ਪਤਾਸੇ ਲਾਈਏ ਆਪਾਂ ਬਾਈਕ 'ਤੇ। ਪਹਿਲਾਂ ਲਾਏ ਸੀ, ਫਿਰ 2 ਦਿਨ ਬਾਅਦ ਫਿਰ ਤੋਂ ਉਤਾਰਤੇ ਸੀ, ਮੇਰਾ ਜੀ ਨਹੀਂ ਕੀਤਾ ਵਧੀਆ ਜਿਹਾ, ਫਿਰ ਮੈਂ ਉਤਾਰਤੇ ਇਹ। ਹੈਲੋ ਗਾਈਜ਼, ਫੁੱਲ ਸਫਾਈ ਨਾਲ ਆਪਾਂ ਆਹ ਹੋਰਨ 'ਤੇ ਨਿਓਨ ਲਾਤੀ ਆ। ਆਹ ਦੇਖੋ ਬਿਲਕੁਲ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਵੀ, ਬਿਲਕੁਲ ਸਫਾਈ ਨਾਲ ਲਾਈ ਆ ਸੈੱਟ ਕਰਕੇ। ਅਤੇ ਹੁਣ ਬਸ ਆਹ 3 ਹੋਰਨ ਰਹਿ ਗਏ ਹੋਰ, ਇਹਨਾਂ ਦੇ ਲਾ ਦਿੰਦੇ ਹਾਂ ਫਟਾਫਟ, ਫਿਰ ਤਾਂ ਫਿੱਟ ਵੀ ਕਰਨੇ ਆਪਾਂ। ਅਤੇ ਯਾਰ ਵਾਸ਼ ਵੀ ਕਰਨਾ ਰਹਿੰਦਾ ਹਲੇ ਬਾਈਕ, ਯਾਰ ਗੰਦਾ ਕਾਫੀ ਪਿਆ। ਚਲੋ ਕੋਈ ਨਾ, ਆਹ ਲਾ ਦਈਏ 4 ਹੋਰਨਾਂ 'ਤੇ, ਇੱਕ 'ਤੇ ਤਾਂ ਲੱਗ ਚੁੱਕੀ ਆ, ਬਸ 3 ਰਹਿ ਗਏ। ਅਤੇ ਆ ਨਿਓਨ ਯਾਰ ਆਪਣੇ ਕੋਲ ਔਰੇਂਜ ਨਿਓਨ ਪਈ ਆ, ਇਹਦਾ ਦੱਸੋ ਕੀ ਕਰੀਏ ਯਾਰ, ਕੁਛ ਪਤਾ ਹੀ ਨਹੀਂ ਲੱਗ ਰਿਹਾ, ਬਾਈਕ 'ਤੇ ਕਿਤੇ ਲਾਉਣ ਨੂੰ ਜਗ੍ਹਾ ਹੀ ਨਹੀਂ ਮਿਲ ਰਹੀ। ਬਾਕੀ ਇਹਦਾ ਵੀ ਦੇਖਦੇ ਹਾਂ ਕੁਛ ਹੱਲ ਕਰਦੇ ਹਾਂ। ਆ ਤਾਂ ਇਹਦੀ ਮਾਈਨ ਆਹੀ ਕਲਰ ਦੀ ਬਣਾਵਾਂਗੇ, ਮਾਈਨਸ ਲਾਈਟ ਤਾਂ ਸਕਾਈ ਬਲੂ ਕਲਰ ਦੀ, ਇਹ ਵਧੀਆ ਲੱਗਦਾ। ਆਹ ਦੇਖੋ ਜਗਦਾ ਕਿੰਨਾ ਵਧੀਆ ਲੱਗ ਰਿਹਾ ਗਾ, ਤੁਹਾਨੂੰ ਬ੍ਰਾਈਟਨੈਸ ਘਟਾ ਕੇ ਦਿਖਾਉਂਦਾ। ਆਹ ਦੇਖੋ ਇਹਦੀ ਨਾਈਟ ਟਾਈਮ ਲੁੱਕ ਆਊਗੀ ਪੂਰੀ ਖਤਰਨਾਕ। ਬਾਕੀ ਮੈਂ ਸੋਚ ਰਿਹਾ ਆਹ ਕਲਰ ਵੀ ਚੇਂਜ ਕਰ ਦਈਏ ਇਹਦਾ, ਜਾਂ ਫਿਰ ਮਾਈਨਸ ਵਾਲੀ ਲਾਈਟ ਹੀ ਬਣਾਵਾਂਗੇ ਇਹਦੀ। ਕੋਈ ਨਾ, ਜਿਵੇਂ ਤੁਸੀਂ ਕਹੋਗੇ ਕਮੈਂਟਾਂ 'ਚ ਉਵੇਂ ਆਪਾਂ ਕਰ ਦਿੰਦੇ ਹਾਂ। ਆਹ ਚੱਕੋ, ਅਤੇ ਆਹ ਦੇਖੋ ਗਾਈਜ਼, ਆਪਾਂ ਆਪਣੇ ਵਰਕਸ਼ਾਪ 'ਤੇ ਆ ਗਏ ਸੀਗੇ, ਆਪਣੇ ਮਤਲਬ ਪਲਾਟ 'ਤੇ, ਤਰੀਕੇ ਵਾਲੀ ਸਾਈਡ ਹੈ ਇਹ। ਅਤੇ ਯਾਰ ਮਾਫ਼ ਕਰਿਓ, ਮੈਂ ਉਦੋਂ ਤੁਹਾਨੂੰ ਦੱਸ ਨਹੀਂ ਪਾਇਆ ਕਿ ਆਪਾਂ ਨਿਓਨਾਂ ਕਿਵੇਂ ਲਾਈਆਂ ਨੇ। ਉਦੋਂ ਘਰ ਨਾ ਕੁਛ ਕੰਮ ਚੱਲ ਰਿਹਾ ਸੀਗਾ, ਤਾਂ ਡਰਿੱਲ ਵਗੈਰਾ ਚੱਲ ਰਹੀ ਸੀ ਅਤੇ ਖੜਕਾ ਬਹੁਤ ਜ਼ਿਆਦਾ ਹੋ ਰਿਹਾ ਸੀ, ਤਾਂ ਕਰਕੇ ਫਿਰ ਮੈਂ ਆਪਣਾ ਸਮਾਨ ਸਮੂਨ ਚੱਕ ਕੇ ਸਿੱਧਾ ਇੱਧਰ ਹੀ ਆ ਗਿਆ। ਅਤੇ ਅੱਜ ਆਪਾਂ ਕੋਈ ਨਵੀਂ ਚੀਜ਼ ਟਰਾਈ ਕਰਕੇ ਦੇਖਦੇ ਹਾਂ। ਲੋਕ ਤਾਂ ਲਾਉਂਦੇ ਆ ਸਿੰਗਲ ਰਿਲੇ ਹੋਰਨਾਂ ਵਾਸਤੇ, ਆਪਾਂ ਲਾਵਾਂਗੇ ਡਬਲ ਰਿਲੇ। ਤਾਂ ਇੱਕ ਰਿਲੇ ਤਾਂ ਮੇਰੇ ਕੋਲ ਆਲਰੇਡੀ ਪਹਿਲਾਂ ਪਈ ਸੀ, ਅਤੇ ਹੁਣ ਮੈਂ ਇੱਕ ਰਿਲੇ ਹੋਰ ਲੈ ਕੇ ਆਇਆ। ਆਹ ਦੇਖੋ, ਆਹ ਯੂਨੋ ਮਿੱਡਾ ਦੀ ਆ, ਇਹ ਕੁਛ 150 ਦੀ ਪੈਂਦੀ ਆ, ਵਧੀਆ ਮੈਂ ਸੁਣਿਆ ਵਧੀਆ ਹੁੰਦੀ, ਛੇਤੀ ਖਰਾਬ ਨਹੀਂ ਹੁੰਦੀ, ਤਾਂ ਮੈਂ ਆ ਲਿਆ। ਇੱਕ ਮੇਰੇ ਕੋਲ ਆਲਰੇਡੀ ਪਈ ਸੀ, ਉਹ ਵੀ ਦਿਖਾ ਦਿੰਦਾ ਮੈਂ ਤੁਹਾਨੂੰ। ਆਹ ਵੀ ਆਪਣੀ ਟੂਲ ਕਿੱਟ, ਟੂਲ ਬਿੱਟ ਵੀ ਖੁੱਲ੍ਹੀ ਪਈ ਆ ਗਾਈਸ, ਫੋਟੋ ਪੈਕ ਕਰ। ਇੱਥੇ ਹੀ ਪਈ ਸੀ, ਕੱਲ੍ਹ ਹੀ ਦੇਖੀ ਸੀ ਜਦੋਂ ਉਹਦੀ ਵੀਰ ਸਿੱਧੂ ਦੀ ਬਾਈਕ 'ਤੇ ਹੋਰਨ ਲਾ ਰਹੇ ਸੀ। ਆ ਰਹੀ, ਆਹ ਦੇਖੋ ਇੱਕ ਆ ਹੋ ਗਈ, ਇੱਕ ਆਹ ਹੋ ਗਈ। ਅਤੇ ਆਪਾਂ ਤੁਹਾਨੂੰ ਨਿਓਨ ਦੀ ਵਾਇਰਿੰਗ ਵੀ ਦਿਖਾਵਾਂਗੇ, ਅਤੇ ਆਪਣੀ ਡਬਲ ਰਿਲੇ ਦੀ ਵਾਇਰਿੰਗ ਕਿਵੇਂ ਕਰਨੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ।
ਅਤੇ ਮਤਲਬ ਇੰਨਾ ਕੁਝ ਹਾਰਡ ਨਹੀਂ ਹੈਗਾ, ਹੈਗਾ ਤਾਂ ਸਿੰਪਲ ਹੀ ਆ, ਬਸ ਸਿੰਪਲ ਲੈ ਕੇ ਚੱਲਣਾ ਪੈਂਦਾ ਇਹਦਾ ਨਾਲ ਚੀਜ਼ਾਂ ਨੂੰ। ਬਾਕੀ ਨਿਓਨ ਦੀ ਆਪਾਂ ਲਾਈਟਿੰਗ ਸੋਚ ਰਹੇ ਹਾਂ, ਆਹ ਵਾਈਟ ਬਟਨ 'ਤੇ ਕਰ ਦਿੰਦੇ ਹਾਂ, ਦਿਖ ਰਿਹਾ ਹੋਣਾ ਤੁਹਾਨੂੰ ਇੱਕ ਬਟਨ ਆ ਰਿਹਾ, ਆਹ ਤਾਂ ਬੈਕ ਲਾਈਟ ਦਾ ਬਟਨ ਆਪਣਾ, ਇਹ ਮੂਡ ਆ, ਅਤੇ ਆਹ ਫ੍ਰੀ ਸੀਗਾ, ਆਪਾਂ ਇਹਦੇ 'ਤੇ ਨਿਓਨ ਕਰ ਦਾਂਗੇ, ਅਤੇ ਹੋਰਨ ਤਾਂ ਚਲੋ ਤੁਹਾਨੂੰ ਪਤਾ ਹੀ ਆ ਸਵਿੱਚ 'ਤੇ ਹੀ ਹੁੰਦੇ ਆ, ਬਾਕੀ ਆਹ ਸਵਿੱਚ 'ਤੇ ਰੱਖਾਂਗੇ। ਹੁਣੇ ਬਾਈਕ ਗਿੱਲੀ ਪਈ ਸੀ ਪੂਰੀ, ਬਾਹਰ ਵਾਸ਼ ਕੀਤੀ ਆ ਉਹਨੇ ਥੋੜ੍ਹੀ ਦੇਰ ਪਹਿਲਾਂ ਹੀ, ਆਹ ਦੇਖੋ ਸ਼ਾਈਨ ਚੈੱਕ ਕਰੋ ਤੁਸੀਂ, ਆ ਬੈਕ ਲਾਈਟ, ਆਹ ਕੱਲ੍ਹ ਆਪਾਂ ਹੋਰਨਾਂ ਦੇ ਜਿਹੜੇ ਲੈਦਰ ਪੱਟੇ ਸੀ ਉਹ ਪਏ ਆ, ਚਾਰ ਉਹਨਾਂ ਦੇ ਦਾ ਪਏ, ਦੋ ਹੋਰਨਾਂ ਦੇ ਅੰਦਰ ਕਵਰ ਪਏ ਆ, ਅਤੇ ਆਪਾਂ ਟਰਾਈ ਕਰਦੇ ਹਾਂ ਟਾਈਮ ਜਿਹਾ ਕੱਢ ਕੇ ਸਪਰੇ ਵੀ ਲਾ ਦਈਏ ਇਹਦੇ ਅਲੋਏ 'ਤੇ, ਹੁਣ ਤੁਹਾਨੂੰ ਸਾਫ਼ ਦਿਖਣਗੇ, ਆਹ ਦੇਖੋ ਥੋੜ੍ਹੀ ਥੋੜ੍ਹੀ ਜਗ੍ਹਾ 'ਤੇ ਰਹਿੰਦੇ ਆ, ਇਹ ਵੀ ਕਰਨਾ ਆਪਾਂ, ਅਤੇ ਆਪਾਂ ਸੋਚ ਰਹੇ ਹਾਂ ਆਹ ਫਲੈਸ਼ਰ ਉਤਾਰ ਕੇ ਇਹ ਵੀ ਬਲੈਕ ਕਰ ਦਈਏ ਚੰਗੇ ਤਰੀਕੇ ਨਾਲ ਪੂਰਾ ਹੀ, ਕਿਉਂਕਿ ਇਹ ਬੇਕਾਰ ਲੱਗਦਾ ਵਾ ਹੁਣ ਅਲੋਏ ਦੇ ਨਾਲ, ਪੂਰਾ ਫੁੱਲ ਬਲੈਕ ਨਹੀਂ ਲੱਗਦਾ ਇਹ। ਅਤੇ ਚਲੋ ਫਿਰ ਗਾਈਜ਼ ਕੰਮ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲਾਂ ਮੈਂ ਇਕੱਲਾ ਹੀ ਹਾਂ ਅੱਜ ਤਾਂ ਕੋਈ ਹੈ ਹੀ ਨਹੀਂ ਮੇਰੇ ਕੋਲ, ਤਾਂ ਹੁਣ ਮੈਂ ਸਭ ਤੋਂ ਪਹਿਲਾਂ ਇਹ ਐੱਲ ਪੱਤੀ ਲਾਊਂਗਾ, ਇੱਕ ਇੱਥੇ ਲੱਗੂਗੀ, ਇੱਕ ਦੂਜੇ ਪਾਸੇ ਲੱਗੂਗੀ ਇੱਦਾਂ ਦੇ ਨਾਲ, ਅਤੇ ਇੱਕ ਨੀਚੇ ਲੱਗੂਗੀ, ਇੱਕ ਉੱਧਰ ਲੱਗੂਗੀ, ਚਾਰ ਹੋ ਕੇ ਫਿਰ ਚਾਰ ਆਪਾਂ ਬੈਂਡ ਕਰਕੇ ਲਾਵਾਂਗੇ, ਉਹ ਤੋਂ ਬਾਅਦ ਫਿਰ ਨਿਓਨ ਦੀ ਵਾਇਰਿੰਗ ਸਟਾਰਟ ਕਰਾਂਗੇ, ਫਿਰ ਤੁਹਾਨੂੰ ਦਿਖਾਉਂਦੇ ਹਾਂ, ਪਹਿਲਾਂ ਮੈਂ ਆਹ ਪੱਤੀਆਂ ਫਿੱਟ ਕਰ ਲਾਂ, ਫਿਰ ਤੁਹਾਨੂੰ ਹੋਰਨ ਸੈੱਟ ਕਰਕੇ ਦਿਖਾਉਣਾ ਕਿਵੇਂ ਕਰਨੇ ਆ। ਆਹ ਚੈੱਕ ਕਰੋ ਲੁੱਕ ਗਾਈਜ਼, 2 ਘੰਟੇ ਲਗਾਤਾਰ ਕੰਮ ਕਰਨ ਤੋਂ ਬਾਅਦ ਆਹ ਲੁੱਕ ਆਈ ਆ ਹੋਰਨਾਂ ਦੀ, ਅਤੇ ਹਲੇ ਵੀ ਵਾਇਰਿੰਗ ਕੰਪਲੀਟ ਨਹੀਂ ਹੋਈ, ਹਲੇ ਆਹ ਡਾਇਰੈਕਟ ਤਾਰਾਂ ਹੀ ਲਾਈਆਂ ਹੋਈਆਂ ਨੇ, ਹਲੇ ਜਸਟ ਆਹ ਸਿੱਧੀ ਬੈਟਰੀ ਨਾਲ ਕਨੈਕਟ ਕੀਤੀ ਆ, ਚਾਬੀ 'ਤੇ ਨਹੀਂ ਕੀਤੀ ਹਲੇ, ਅਤੇ ਵੈਸੇ ਲੁੱਕ ਤਾਂ ਬੜੀ ਖਤਰਨਾਕ ਲੱਗ ਰਹੀ ਹੈ ਦੇਖਣ 'ਚ। ਚੈੱਕ ਕਰੋ, ਬਾਕੀ ਤੁਹਾਨੂੰ ਰੀਲਾਂ 'ਚ ਦਿਖਾਵਾਂਗੇ, ਇੱਕ ਵਾਰੀ ਇਹਦੀ ਅਗਲੀ ਲਾਈਟ ਨਾ ਪੂਰੀ ਚੰਗੇ ਤਰੀਕੇ ਨਾਲ ਜਲਾ ਕੇ ਫਲੈਸ਼ਿੰਗ ਮੋਡ 'ਚ ਆ, ਚੈੱਕ ਕਰੋ ਕਿਵੇਂ ਲੱਗ ਰਹੀ ਆ। ਮੈਂ ਬ੍ਰਾਈਟਨੈਸ ਘਟਾ ਕੇ ਤੁਹਾਨੂੰ ਚੈੱਕ ਕਰਨਾ, ਅੱਜ ਤਾਂ ਆਪਣਾ ਸਪਰੇ ਵਾਲਾ ਕੰਮ ਰਹਿ ਗਿਆ, ਅਤੇ ਹਾਲੇ ਤੱਕ ਆਪਾਂ ਹੋਰਨ ਵੀ ਚਾਲੂ ਨਹੀਂ ਕਰ ਪਾਏ, ਜਸਟ ਇਹਨਾਂ ਦੀ ਵਾਇਰਿੰਗ ਹੋਈ ਆ, ਅਤੇ ਹਾਲੇ ਆਹ ਟਾਪਾ ਖੋਲ੍ਹਣਾ ਗਾ, ਅਤੇ ਇਹਨੂੰ ਚਾਬੀ 'ਤੇ ਕਰਨਾ ਗਾ ਨਿਓਨ ਲਾਈਟਾਂ ਨੂੰ, ਅਤੇ ਮੇਰੇ ਹਿਸਾਬ ਨਾਲ ਤਾਂ ਹੋਰਨ ਤਾਂ ਕੱਲ੍ਹ ਹੀ ਹੋਣਗੇ, ਅੱਜ ਤਾਂ ਮੁਸ਼ਕਿਲ ਆ ਕੰਮ। ਵੈਸੇ ਕਾਫੀ ਹੱਦ ਤੱਕ ਤਾਂ ਲੁੱਕ ਆ ਚੁੱਕੀ ਆ ਕਿ ਵੀ ਕਿੱਦਾਂ ਦੀ ਲੱਗਣੀ ਆ ਬਾਈਕ, ਪਰ ਮੈਂ ਸੋਚ ਰਿਹਾ ਸੀ ਜੇ ਇਹ ਚਾਰ ਹੋਰਨ ਬਾਹਰ ਨੂੰ ਹੁੰਦੇ ਤਾਂ ਜ਼ਿਆਦਾ ਵਧੀਆ ਲੁੱਕ ਲੱਗਣੀ ਸੀ। ਚਲੋ ਕੋਈ ਨਾ, ਆਪਾਂ ਡਿਫਰੈਂਟ ਚੀਜ਼ ਟਰਾਈ ਕੀਤੀ ਆ, ਸਾਹਮਣੇ ਲੁੱਕ ਚੈੱਕ ਕਰੋ, ਹੋਰਨ ਥੋੜ੍ਹਾ ਬਾਹਰ ਨੂੰ ਲੱਗ ਰਿਹਾ ਆਪਣਾ ਰਾਈਟ ਸਾਈਡ ਵਾਲਾ ਹੋਰਨ, ਕੋਈ ਨਾ ਇਹਨੂੰ ਵੀ ਖੋਲ੍ਹ ਕੇ ਸੈੱਟ ਕਰਦੇ ਹਾਂ, ਅੱਜ ਮੈਂ ਇਕੱਲਾ ਹੀ ਸੀ ਨਾ ਕੰਮ ਤਾਂ ਕਰਕੇ ਇੰਨਾ ਲੇਟ ਹੋ ਗਿਆ, ਨਹੀਂ ਤਾਂ ਕੋਈ ਹੋਵੇ ਨਾਲ ਹੈਲਪ ਕਰਾਉਣ ਵਾਲਾ ਫਿਰ ਛੇਤੀ ਹੋ ਜਾਂਦਾ ਕੰਮ। ਆਪਾਂ ਸਾਈਡ 'ਤੇ ਲਾ ਕੇ ਨਿਓਨ ਅਤੇ ਹੋਰਨ ਲੱਗ ਚੁੱਕੇ ਆ, ਦੂਜੀ ਸਾਈਡ ਵੀ ਸੇਮ, ਅਤੇ ਤੁਹਾਨੂੰ ਚਲਾ ਕੇ ਦਿਖਾ ਦਿੰਦਾ, ਆਹ ਚੈੱਕ ਕਰੋ ਲੁੱਕ ਕਿਵੇਂ ਦੀ ਆ ਰਹੀ ਹੈ, ਮੂਹਰੇ ਨਿਓਨ, ਆਹ ਵੀ ਆਪਾਂ ਚੇਂਜ ਕਰ ਦਿੰਦੇ ਹਾਂ, ਆਹੀ ਸੇਮ ਕਲਰ ਕਰ ਦਿੰਦੇ ਹਾਂ, ਇੱਥੇ ਵੀ ਲੁੱਕ ਬਿਲਕੁਲ ਘੈਂਟ ਆ ਜੂਗੀ ਫਿਰ, ਅਤੇ ਫਲੈਸ਼ਰ ਦੇ ਵਿੱਚ ਦੇਖੋ ਚੈੱਕ ਕਰੋ ਲੁੱਕ, ਬਾਕੀ ਤੁਹਾਨੂੰ ਬੈਕ ਤੋਂ ਲੁੱਕ ਦਿਖਾਉਂਦੇ ਹਾਂ, ਹਾਲੇ ਤਾਂ ਤੁਸੀਂ 2 ਕੁ ਦਿਨ ਰੁਕ ਜਾਓ, ਇੱਕ ਨਵਾਂ ਸੱਪ ਕੱਢਣ ਲੱਗੇ ਹਾਂ, ਕਿਸੇ ਨੇ ਵੀ ਨਹੀਂ ਕੱਢਿਆ ਹੋਣਾ ਉਹ, ਅਤੇ ਤੁਹਾਨੂੰ ਦਿਖਾਵਾਂਗੇ, ਬਸ ਵੇਟ ਕਰੋ, 2 ਦਿਨ ਦੀ ਗੱਲ ਆ, ਬਸ ਤੁਸੀਂ ਵੀ ਖੁਸ਼ ਹੋ ਜਾਓਗੇ ਦੇਖ ਕੇ ਇੰਨਾ ਤਗੜਾ ਸੱਪ ਬਣਾਇਆ। ਤਾਂ ਲਓ ਗਾਈਜ਼, ਫਾਈਨਲੀ ਆਪਣੇ ਹੋਰਨ ਵੀ ਲੱਗ ਗਏ, ਨਿਓਨ ਵੀ ਲੱਗ ਗਈ, ਅਤੇ ਹੋਰਨਾਂ ਦੀ ਵਾਇਰਿੰਗ ਵੀ ਹੋ ਗਈ,
ਤੇ ਨਿਓਨ ਦੀ ਵਾਇਰਿੰਗ ਵੀ ਹੋ ਗਈ ਤੇ ਹੁਣ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ ਆਹ ਲਓ ਗਾਈਸ ਠੀਕ ਆ ਤੇ ਹੋਰਨ ਵੀ ਚੈੱਕ ਕਰਾ ਦਿੰਦੇ ਹਾਂ ਆਹ ਦੇਖੋ ਥੋੜ੍ਹਾ ਜਿਹਾ ਫਰਕ ਪੈਂਦਾ ਹੈਗਾ ਜਦੋਂ ਆਪਾਂ ਹੋਰਨ ਮਾਰਦੇ ਹਾਂ ਘੱਟਦੀ ਹੈ ਲਾਈਟ ਮਤਲਬ ਬੈਟਰੀ ਥੋੜ੍ਹੀ ਘੱਟ ਚਾਰਜ ਆ ਤਾਂ ਕਰਕੇ ਇੱਦਾਂ ਹੁੰਦਾ ਬਟ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਅੱਜ ਫਾਈਨਲੀ ਕੰਪਲੀਟ ਹੋ ਗਿਆ ਕੰਮ ਆਪਣਾ ਸਾਰਾ ਪਰ ਇੱਕ ਕੰਮ ਫੇਰ ਤੋਂ ਰਹਿ ਗਿਆ ਆਹੀ ਵਾਲਾ ਜਿਹੜਾ ਸ਼ਾਈਨ ਕਰ ਰਿਹਾ ਜੇ ਤੁਸੀਂ ਕਮੈਂਟਾਂ 'ਚ ਆਹ ਜ਼ਰੂਰ ਦੱਸਿਓ ਕਿ ਆਪਾਂ ਇਹਨੂੰ ਸਿਲਵਰ ਹੀ ਨਾ ਕਰ ਦਈਏ ਇੱਥੇ ਮਤਲਬ ਕਰੋਮ ਜਿਹੜੇ ਹੁੰਦੇ ਆ ਇਹ ਮਤਲਬ ਵਿੱਚੋਂ ਵਿੱਚੋਂ ਬਲੈਕ ਅਤੇ ਆਹ ਚੀਜ਼ ਇਹਦੀ ਸਿਲਵਰ ਚਲੋ ਬਸ ਯਾਰ ਹੁਣ ਘਰਾਂ ਨੂੰ ਨਿਕਲਦੇ ਹਾਂ ਟਾਪਾ ਟੂਪਾ ਲਾ ਕੇ ਰੀਲਾ ਰੂਲਾ ਬਣਾਉਂਦੇ ਹਾਂ ਚੱਲ ਕੇ ਫਿਰ ਤੁਹਾਨੂੰ ਮਿਲਦੇ ਹਾਂ ਕੱਲ੍ਹ ਨੂੰ ਇੱਕ ਹੋਰ ਨਵੇਂ ਜਿਹੇ ਵਲੋਗ 'ਚ ਅਤੇ ਕੱਲ੍ਹ ਨੂੰ ਤਾਂ ਖਤਰਨਾਕ ਚੀਜ਼ ਕਰਾਂਗੇ ਕੁਛ ਅਤੇ ਬਸ ਲੁੱਕ ਚੈੱਕ ਕਰ ਲਓ ਆਹ ਚੈੱਕ ਕਰੋ ਗਾਈਸ ਆਪਾਂ ਇੱਥੇ ਰੀਲ ਬਣਾ ਰਹੇ ਸੀ ਅਤੇ ਆਹ ਚੈੱਕ ਕਰੋ ਹੈਂਡਲ ਦਾ ਕੀ ਹਾਲ ਹੋ ਗਿਆ ਰੇਸ ਵਾਲਾ ਪਾਸਾ ਉਹ ਚਲੋ ਕੋਈ ਨਾ ਆਪਣੇ ਕੋਲ ਐਕਸਟਰਾ ਹੈਂਡਲ ਪਿਆ ਘਰੇ ਆਪਾਂ ਘਰੇ ਜਾ ਕੇ ਉਹ ਇੰਸਟਾਲ ਕਰਦੇ ਹਾਂ ਅਤੇ ਉਹਦਾ ਯਾਰ ਕੱਲ੍ਹ ਇੰਸਟਾਲ ਕਰਾਂਗੇ ਅੱਜ ਤਾਂ ਥੱਕ ਗਏ ਬਹੁਤ ਜ਼ਿਆਦਾ ਅਤੇ ਆਹ ਵੀਡੀਓ ਬਣਾ ਰਹੇ ਸੀ ਵੀਡੀਓ ਆਪਾਂ ਐਡ ਕਰ ਦਾਂਗੇ ਉਹਦੇ 'ਚ ਜਦੋਂ ਹੈਂਡਲ ਗਿਰ ਟੁੱਟ ਗਿਆ ਸੀ ਪੂਰਾ ਬਣੀ ਆ ਰੀਲ ਬਣੀ ਆ ਸ਼ਾਇਦ ਬਣਾਈ ਸੀ ਰੀਲ ਹਾਂ ਰੀਲ ਬਣੀ ਹੈ ਇਹਦੀ ਅਤੇ ਇਹਨੂੰ ਟਰਾਈ ਕਰਦੇ ਹਾਂ ਸਿੱਧਾ ਕਰਕੇ ਜੇ ਸਿੱਧਾ ਹੋ ਗਿਆ ਅੱਜ ਘਰ ਤਾਂ ਇੱਦਾਂ ਹੀ ਲੈ ਕੇ ਜਾਣਾ ਪੈਣਾ ਇਹ ਚਲੋ ਕੋਈ ਨਾ ਇਹ ਤਾਂ ਇੱਕ ਦਿਨ ਹੋਣਾ ਹੀ ਸੀਗਾ ਯਾਰ ਜੇ ਐਕਸੀਡੈਂਟ 'ਚ ਹੁੰਦਾ ਫਿਰ ਟੁੱਟ ਜਾਣਾ ਸੀ ਪੂਰਾ ਇਹ ਚਲੋ ਹੁਣ ਤਾਂ ਮੌਜ ਮਸਤੀ 'ਚ ਹੋ ਗਿਆ ਹਾਂਜੀ ਗਾਇਜ਼ ਵਲੋਗ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗਿਆ ਐਂਡ 'ਤੇ ਥੋੜ੍ਹਾ ਜਿਹਾ ਸੀਨ ਹੋ ਗਿਆ ਹੈ ਨਾ ਉਹਦਾ ਹੈਂਡਲ ਬੈਂਡ ਹੋ ਗਿਆ ਮੈਂ ਪਹਿਲਾਂ ਵੀ ਉਹਨੂੰ ਕਹਿ ਰਿਹਾ ਸੀਗਾ ਕੱਲ੍ਹ ਦੇ ਵਲੋਗ 'ਚ ਵੀ ਸ਼ਾਇਦ ਮੈਂ ਕਿਹਾ ਸੀ ਉਹਨੂੰ ਕਿ ਤੇਰਾ ਹੈਂਡਲ ਟੁੱਟੂਗਾ ਕਿਸੇ ਟਾਈਮ ਹੈ ਨਾ ਅਤੇ ਉਹ ਹੈਂਡਲ ਸ਼ੁਕਰ ਹੈ ਚਲੋ ਹੁਣ ਜੇ ਐਕਸੀਡੈਂਟ ਹੁੰਦਾ ਕਿਸੇ ਚੀਜ਼ 'ਚ ਜੇ ਵੱਜਦੇ ਤਾਂ ਜ਼ਿਆਦਾ ਸੱਟ ਮਾਰਦਾ ਹੈ ਨਾ ਜੇ ਚੱਲਦੇ ਚੱਲਦੇ ਟੁੱਟਦਾ ਇਹ ਤਾਂ ਚਲੋ ਹੁਣ ਉਈਂ ਘੁਮਾ ਰਿਹਾ ਸੀਗਾ ਮਾੜਾ ਜਿਹਾ ਸਲੋਅ ਸੀ ਡਿੱਗਿਆ ਮਾੜਾ ਜਿਹਾ ਅਤੇ ਨੁਕਸਾਨ ਨਹੀਂ ਹੋਇਆ ਕੋਈ ਚਲੋ ਅਤੇ ਇੱਕ ਵਾਰੀ ਕਮੈਂਟ ਕਰਕੇ ਦੱਸਿਓ ਮੁੰਡੇ ਨੇ ਵਲੋਗ ਬਣਾਇਆ ਫਸਟ ਟਾਈਮ ਕਿਵੇਂ ਲੱਗਿਆ ਅਤੇ ਚਲੋ ਫਿਰ ਮਿਲਦੇ ਹਾਂ ਕੱਲ੍ਹ ਦੇ ਵਲੋਗ ਦੇ ਵਿੱਚ ਅਤੇ ਹੁਣ ਤਾਂ ਮੈਂ ਹੀ ਬਣਾਊਂਗਾ ਵਲੋਗ ਅਤੇ ਜੇ ਉਹ ਵੀ ਬਣਾਊਗਾ ਉਹ ਵੀ ਪਹਿਣਗੇ ਆਪਣੇ ਚੈਨਲ 'ਤੇ ਇੱਦਾਂ ਨਹੀਂ ਹੈਗਾ ਬਾਈ ਕੋਈ ਚੱਕਰ ਆਪਣੇ ਯਾਰਾਂ ਦੋਸਤਾਂ ਦਾ ਚੈਨਲ ਮੇਰਾ ਚੈਨਲ ਬਾਈ ਮੇਰੇ ਯਾਰਾਂ ਦੋਸਤਾਂ ਦਾ ਚੈਨਲ ਹੈ ਨਾ ਅਤੇ ਤੁਸੀਂ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਘੈਂਟ ਘੈਂਟ ਵਲੋਗ ਤੁਹਾਨੂੰ ਦੇਖਣ ਨੂੰ ਮਿਲਦੇ ਰਹਿਣਗੇ ਅਤੇ ਟਿਲ ਦੈਨ ਟੇਕ ਕੇਅਰ ਬਾਏ ਬਾਏ ਲਵ ਯੂ